ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤਾਂ ਦੀਵਾਲੀ ਅਤੇ ਬੰਦੀ ਛੋੜ ਦੇ ਵਸਤੂ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਪਟਾਕੇ ਨੇ ਜਿਹੜੇ ਲੋਕ ਉਹ ਜੋਸ਼ ਦੇ ਨਾਲ ਖਰੀਦ ਰਹੇ ਨੇ ਤਾਂ ਮਹਾਲੀ ਦੇ ਗੁਰਦੁਆਰਾ ਅੰਮ੍ਰਿਤਸਰ ਦੇ ਸਾਹਮਣੇ ਵਾਲੀ ਮਾਰਕੀਟ ਦੇ ਵਿੱਚ ਪਟਾਕਿਆਂ ਲਈ ਜਗ੍ਹਾ ਅਲਾਟ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਪਟਾਕਿਆਂ ਦੇ ਸਟਾਲ ਨੇ ਜਿਹੜੇ ਉਹ ਲੱਗੇ ਹੋਏ ਨੇ ਤੇ ਇੱਕ ਪਾਸੇ ਇੱਧਰ ਸੁਰੱਖਿਆ ਦੇ ਲਈ ਫਾਇਰ ਬ੍ਰਿਗੇਡ ਦੀ ਗੱਡੀ ਆ ਜਿਹੜੀ ਉਵੀ ਆਈ ਹੋਈ ਐ ਅਤੇ ਤਾਂ ਜੋ ਇੱਥੇ ਕੋਈ ਅਣਸਖਾਵੀ ਘਟਨਾ ਨੀ ਜਿਹੜੀ ਉਹ ਨਾ ਵਾਪਰ ਸਕੇ ਤਾਂ ਪਹਿਲਾਂ ਵਾਲੇ ਸਮਿਆਂ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵੀ ਕੋਈ ਪਟਾਕਾ ਵੇਚਦਾ ਸੀ ਤਾਂ ਉਹ ਆਪਣੀ ਆਪਣੀ ਦੁਕਾਨ ਦੇ ਅੱਗੇ ਜਾਂ ਫਿਰ ਆਪਣੇ ਗਲੀ ਮੁਹੱਲੇ ਦੇ ਵਿੱਚ ਸਟਾਲ ਲਗਾ ਲੈਂਦਾ ਸੀ ਲੋਕਾਂ ਵੱਲੋਂ ਪਟਾਕੇ ਨੇ ਜਿਹੜੇ ਉਹ ਸਟੋਰ ਕਰਕੇ ਰੱਖੇ ਜਾਂਦੇ ਸੀ ਜਿਸ ਕਾਰਨ ਕਈ ਵਾਰ ਹੁੰਦਾ ਸੀ ਕਿ ਕੋਈ ਨਾ ਕੋਈ ਸੜਕ ਹਾਦਸਾ ਜਿਹੜਾ ਹੋ ਵਾਪਰ ਜਾਂਦਾ ਸੀ ਪਟਾਕਿਆਂ ਨੂੰ ਅੱਗ ਲੱਗ ਜਾਂਦੀ ਸੀ ਗੋਦਾਮਾਂ ਨੂੰ ਅੱਗ ਲੱਗ ਜਾਂਦੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵੀ ਤਿਆਰੀ ਕੀਤੀ ਗਈ ਨਵੇਂ ਰੂਲ ਰੈਗੂਲੇਸ਼ਨ ਕੀਤੇ ਗਏ ਤਾਂ ਹੁਣ ਡਰਾ ਸਿਸਟਮ ਰਾਹੀਂ ਪਟਾਕਾ ਵਿਕਰੇਤਾਵਾਂ ਨੂੰ ਲਾਇਸੈਂਸ ਦੇ ਜਿਹੜੇ ਉਹ ਵੰਡੇ ਜਾਂਦੇ ਨੇ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਕੋਈ ਥਾਂ ਨਿਰਧਾਰਿਤ ਕੀਤੀ ਜਾਂਦੀ ਹੈ ਜਿੱਥੇ ਪਟਾਕਿਆਂ ਦੇ ਸਟਾਲ ਲੱਗਦੇ ਨੇ ਅਤੇ ਦੁਕਾਨਦਾਰ ਉੱਥੇ ਆਪਣੀਆਂ ਦੁਕਾਨਾਂ ਦੀਵਾਲੀ ਤੋਂ ਪਹਿਲਾਂ ਲਗਾ ਲੈਂਦੇ ਨੇ ਅਤੇ ਫੀਸ ਭਰਨ ਤੋਂ ਬਾਅਦ ਉਹ ਪਟਾਕੇ ਵੇਚਣੇ ਸ਼ੁਰੂ ਕਰ ਦਿੰਦੇ ਨੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਾਫੀ ਗਿਣਤੀ ਦੇ ਵਿੱਚ ਦੁਕਾਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਲੇਕਿਨ ਗਾਹ ਅਜੇ ਘੱਟ ਆ ਕਿਉਂਕਿ ਲੋਕ ਅਜੇ ਕੰਮਕਾਰਾਂ ਵਿੱਚ ਬਿਜ਼ੀ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਦਰ ਉੱਤੇ ਸਟਾਲਾਂ ਜਿਹੜੀਆਂ ਜ਼ਰੂਰ ਲੱਗੀਆਂ ਹੋਈਆਂ ਨੇ ਤੇ ਅੱਗੇ ਵੀ ਗੱਲਬਾਤ ਕਰਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਪਟਾਕੇ ਖਰੀਦਣ ਆਏ ਨੇ ਕਿ ਦੀਵਾਲੀ ਬਾਰੇ ਤੇ ਇਹਨਾਂ ਪਟਾਕਿਆਂ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਦਿਵਾਲੀ ਤੇ ਠੀਕ ਵਈ ਬੜੀਆ ਪਟਾਕੇ ਖੁਦ ਚਲਾਉਣੇ ਨੇ ਜਾਂ ਬੱਚਿਆਂ ਵਾਸਤੇ ਖਰੀਦੇ ਨੇ ਨਹੀਂ ਬੱਚੇ ਚਲਾएंगे ਯਾਰ ਖੁਦ ਨਹੀਂ ਚਲਾਉਂਦੇ ਨਾ ਨਾ ਮੈਂ ਚਲਾਤਾ ਬਈ ਚਲਾਉਣੇ ਚਾਹੀਦੇ ਨੇ ਨਾ ਨਾ ਮੈਂ ਚਲਾਤੇ ਨਹੀਂ ਬਈ ਬੱਚੋ ਕੇ ਲੇ ਲੇਕੇ ਜਾ ਰਹੇ ਤੇ ਜਦੋਂ ਤੁਸੀਂ ਛੋਟੇ ਹੁੰਦੇ ਸੀ ਤਾਂ ਉਦੋਂ ਕਿਸ ਤਰ੍ਹਾਂ ਦਿਵਾਲੀ ਮਨਾਉਂਦੇ ਸੀ ਬਸ ਸਹੀ ਨੋਟ ਸੀ ਇਹ ਪਟਾਕੇ ਚਲਾਉਂਦੇ ਸੀ ਆਹ ਜਿਹੜਾ ਤੇ ਸੀ ਬਾਈ ਠੀਕ ਹੈ ਤੇ ਅੱਜ ਕੱਲ ਦੇਖਿਆ ਕਿ ਗ੍ਰੀਨ ਪਟਾਕੇ ਆ ਗਏ ਨੇ ਤਾਂ ਬੱਚੇ ਟੋੜ ਦੇ ਕਿਹੜੇ ਪਟਾਕੇ ਚਲਾਉਂਦੇ ਬਾਈ ਅਬ ਗ੍ਰੀਨ ਬਜੇ ਜੋ ਮਰਜ਼ੀ ਬਜੇ ਪਟਾਕੇ ਬਜਾਣੇ ਦਾ ਮਤਲਬ ਹੈ ਅੱਛਾ ਤੇ ਮਹਿੰਗੇ ਵੀ ਕਾਫੀ ਹੋ ਗਏ ਮਹਿੰਗੇ ਤੋਂ ਕੋਈ ਨਹੀਂ ਹੈ ਠੀਕ ਹੈ ਜੋ ਵੀ ਹੈ ਹਾਂ ਲੋਕ ਤਾਂ ਕਹਿੰਦੇ ਨੇ ਬਾਲੇ ਮਹਿੰਗੇ ਹੋ ਗਏ ਬਈ ਕਮਾਈ ਵੀ ਹੈ ਤੇ ਮੰਗੀ ਵੀ ਹੈ ਅੱਛਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਬਈ ਬਸ ਆਰਾਮ ਨਾਲ ਮਨਾਓ ਸਾਰਾ ਖੁਸ਼ ਹੋਣਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ मैं भी यही कहूँगी दिवाली सबको मुबारक हो और अपना हंसी खुशी से अपना त्यौहार मनाए यही कहना चाहूँगा पटाखे पहले बचपन में बचाते थे हाथ जल गया था फिर छोड़ दिए थे <laughs> अनार से हाथ चार गया था बस बचपन में ऐसे ही जलाते थे अब चला कर देख लेना अब डर लगता है <laughs> तो बच्चों को क्या कहना चाहते हो बच्चों को यही कहेंगे कि सावधानी से चलाएं भाई कोई ऐसी वैसी हरकत ना करे जिससे वो भी नुकसान में और बाकी भी नुकसान में है ਤੋ ਦੀਵਾਲੀ ਨੂੰ ਲੈ ਕੇ ਮਾਹੌਲ ਦਿਖਾਇਆ ਹੈ ਕਿ ਕਿਸ ਪ੍ਰਕਾਰ ਪਟਾਕਿਆਂ ਦੇ ਸਟਾਲ ਲੱਗੇ ਨੇ ਪਟਾਕੇ ਨੇ ਜਿਹੜੇ ਉਹ ਵੇਚੇ ਜਾ ਰਹੇ ਨੇ ਹਾਲਾਂਕਿ ਦੁਕਾਨਦਾਰਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਪਰ ਹਰ ਕੋਈ ਇਸ ਤਿਹਾੜ ਦੇ ਸੀਜ਼ਨ ਮੌਕੇ ਆਪਣਾ ਤਿਹਾੜ ਮਨਾਉਣ ਦੇ ਲਈ ਪਟਾਕੇ ਖਰੀਦ ਰਿਹਾ ਹੈ ਹਾਲਾਂਕਿ ਕਈ ਲੋਕਾਂ ਨੇ ਜਿਹੜੇ ਉਹ ਪਟਾਕੇ ਨਹੀਂ ਖਰੀਦਦੇ ਅਤੇ ਗ੍ਰੀਨ ਦੀਵਾਲੀ ਬਣਾਉਣ ਦਾ ਸੰਦੇਸ਼ ਦਿੰਦੇ ਨੇ ਅਤੇ ਕੁਝ ਲੋਕਾਂ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਕਾਫੀ ਜ਼ਿਆਦਾ ਉਤਸ਼ਾਹ ਹੁੰਦਾ ਹੈ ਕਿ ਅਸੀਂ ਦੀਵਾਲੀ ਵਾਲੇ ਦਿਨ ਪਟਾਕੇ ਚਲਾਈਏ ਤਾਂ ਪਟਾਕਿਆਂ ਨੂੰ ਲੈ ਕੇ ਨਵੀਆਂ ਸਾਵਧਾਨੀਆਂ ਨੇ ਜਿਹੜੀਆਂ ਉਹ ਵੀ ਲਾਗੂ ਕੀਤੀਆਂ ਗਈਆਂ ਨੇ ਇੱਥੇ ਬਕਾਇਦਾ ਫਾਇਰ ਬ੍ਰਿਗੇਡ ਦੀ ਗੱਡੀ ਤਾਇਨਾਤ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਵੀ ਪਾਣੀ ਦੀਆਂ ਬਾਲਟੀਆਂ ਅਤੇ ਅੱਗ ਬੁਝਾਊ ਯੰਤਰ ਨੇ ਜਿਹੜੇ ਉਹ ਰੱਖੇ ਗਏ ਨੇ ਸੋ ਲੋਕ ਦੇ ਜਿਹੜੇ ਉਹ ਅਜੇ ਆਉਣਾ ਸ਼ੁਰੂ ਹੋਏ ਨੇ ਸ਼ਾਮ ਤੱਕ ਇੱਥੇ ਪੂਰੀ ਰੌਣਕਾਂ ਜਿਹੜੀ ਉਹ ਹੋ ਜਾਵੇਗੀ ਤਾਂ ਦੀਵਾਲੀ ਅਤੇ ਬੰਦੀ ਛੋੜ ਦੇ ਤਿਉਹਾਰ ਦੀਆਂ ਫੈਕਟ ਨਿਊਜ਼ ਵੱਲੋਂ ਸਬਦਾਂ ਨੂੰ ਮੁਬਾਰਕਾਂ ਕੈਮਰਾ ਪਰਸਨ ਹਰਵਿੰਦਰ ਨਾਲ ਮੈਂ ਬਲਵਿੰਦਰ ਸਿੰਘ ਢੀਂਡਸਾ ਫੈਕਟ ਨਿਊਜ਼ ਲਈ ਮੋਹਾਲੀ ਤੋਂ